ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫਤੂਰੋ ਇੰਟਰਨੈਸ਼ਨਲ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤੇ ਬਹੁਤ ਮਿਹਰਬਾਨੀ ਹੈ ਜੇ ਨਹੀਂ ਕੀਤਾ ਤੇ ਜਰੂਰ ਕਰ ਲਓ ਤਾਂ ਕਿ ਜਿਹੜੀ ਨੋਟੀਫਿਕੇਸ਼ਨ ਨਵੀਂ ਵੀਡੀਓ ਦੀ ਸਿੱਧੀ ਤੁਹਾਡੇ ਤੱਕ ਪਹੁੰਚੇ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ ਇਟਲੀ ਦੀ ਪ੍ਰਧਾਨ ਮੰਤਰੀ ਜੋਰਜ ਸ਼ਮਲੋਨੀ ਇਸ ਟਾਈਮ ਸਰਕਾਰ ਦੇ ਕੰਨਾਂ ਤੱਕ ਵੀ ਜਿਹੜੀ ਆਵਾਜ਼ ਹੈ ਜੀ ਪਹੁੰਚ ਚੁੱਕੀ ਹੈ ਕਿ ਇਟਲੀ ਦੇ ਵਿੱਚ ਜਿਹੜੇ ਬੰਦੇ ਧੜਾ ਧੜ ਆ ਰਹੇ ਹਨ ਪੇਪਰਾਂ ਦੇ ਉੱਤੇ ਆ ਰਹੇ ਹਨ ਤਾਂ ਤੋਂ ਜਿਹੜੀ ਉਹਨਾਂ ਦੇ ਨਾਲ ਇੱਕ ਜਿਹੜੀ ਵੱਡੀ ਪ੍ਰੋਬਲਮ ਇਸ ਟਿਮ ਆ ਰਹੀ ਹੈ ਕਿ ਪਰਫਾ ਤੁਰੇ ਦੀਆਂ ਜਿਹੜੀਆਂ ਅਪਾਰਟਮੈਂਟ ਹਨ ਉਹ ਨਹੀਂ ਮਿਲ ਰਹੀਆਂ ਤਕਰੀਬਨ 6-6 7-7 ਮਹੀਨੇ ਲੱਗ ਰਿਹਾ ਹੈ ਸਮਾਂ ਲੋਕਾਂ ਨੂੰ ਹੁਣ ਇਹਦੇ ਨਾਲ ਕੀ ਹੋ ਰਿਹਾ ਕਿ ਜਿਹੜੇ ਵੀ ਰਿਟੀਟਲੀ ਦੇ ਵਿੱਚ ਆ ਚੁੱਕੇ ਹਨ ਉਹਨਾਂ ਦਾ ਜਿਹੜਾ ਕੋਈ ਵੀ ਕੰਮ ਅੱਗੇ ਨਹੀਂ ਚੱਲ ਰਿਹਾ ਕੋਈ ਵੀ ਜਿਹੜਾ ਡਾਕੂਮੈਂਟ ਨਹੀਂ ਬਣ ਰਿਹਾ ਤੇ ਉਹ ਫਿਲਹਾਲ ਆਪਣੇ ਯਾਰਾਂ ਦੋਸਤਾਂ ਦੇ ਕੋਲ ਜਾਂ ਰਿਸ਼ਤੇਦਾਰਾਂ ਦੇ ਕੋਲ ਜਾਂ ਜਿੱਥੇ ਵੀ ਕਿਸੇ ਨੂੰ ਟਿਕਾਣਾ ਮਿਲਿਆ ਉਹ ਬੈਠੇ ਹੋ ਜਾਂ ਬਿਨਾਂ ਕਿਸੇ ਕੰਮ ਤੋਂ ਤੇ ਨਾ ਹੀ ਉਹ ਕੋਈ ਕੰਮ ਕਰ ਸਕਦੇ ਹੁਣ ਸਰਕਾਰ ਤੱਕ ਜਿਹੜੀ ਹੈ ਜੀ ਇਹ ਖਬਰ ਪਹੁੰਚ ਚੁੱਕੀ ਹੈ ਸਰਕਾਰ ਤੱਕ ਤੇ ਮਿਲੋਨੀ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਉਹਨਾਂ ਨੇ ਜਿਹੜੇ ਆਪਣੇ ਕੁਝ ਅਫੀਸਰ ਨੂੰ ਨਿਰਦੇਸ਼ ਦਿੱਤਾ ਹੈ ਜਿਹੜੇ ਕਿ ਇਮੀਗ੍ਰੇਸ਼ਨ ਦੇ ਨਾਲ ਸਬੰਧਤ ਹਨ ਵੱਡੇ ਅਫੀਸਰ ਉਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਪਰਫਾ ਤੁਰਦਾ ਕੰਮ ਹੈ ਜਿਹਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਇਸ ਦੇ ਨਾਲ ਹੋ ਸਕਦਾ ਹੈ ਕਿ ਹੁਣ ਜਿਹੜੀਆਂ ਅਪਾਇੰਟਮੈਂਟ ਵਗੈਰਾ ਹਨ ਜਲਦੀ ਜਲਦੀ ਲੋਕਾਂ ਨੂੰ ਮਿਲ ਜਾਣ ਬਾਕੀ ਹੁਣ ਇੱਕ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਕੁਝ ਵੀਰਾਂ ਦੇ ਡਾਊਟ ਵੀ ਹੈ ਤੇ ਕਈਆਂ ਨੂੰ ਇਸ ਚੀਜ਼ ਦੇ ਬਾਰੇ ਜਾਣਕਾਰੀ ਹੈ ਤੇ ਕਈਆਂ ਨੂੰ ਨਹੀਂ ਹੈ ਕਿ ਜਿਹੜਾ ਇਟਲੀ ਦਾ ਪਾਸਪੋਰਟ ਹੈ ਇਹ ਤੁਹਾਡੇ ਕੀ ਕੰਮ ਆ ਸਕਦਾ ਹੈ ਕੀ ਇਸ ਦੇ ਫਾਇਦੇ ਹਨ ਤੇ ਨੁਕਸਾਨ ਕੀ ਹਨ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਇਸ ਦਾ ਫਾਇਦਾ ਇਹ ਹੈ ਕਿ ਜੇ ਤੁਸੀਂ ਇੱਥੇ ਆਪਣੇ ਮਾਤਾ ਪਿਤਾ ਨੂੰ ਸੱਦਿਆ ਹੋਇਆ ਹੈ ਜਿਨ੍ਹਾਂ ਦੀ ਉਮਰ 65 ਸਾਲ ਤੋਂ ਜ਼ਿਆਦਾ ਹੈ ਤੇ ਇਟਲੀ ਦਾ ਪਾਸਪੋਰਟ ਅਗਰ ਤੁਹਾਡੇ ਕੋਲ ਹੈ ਤੇ ਜਿਹੜਾ ਤੁਸੀਂ ਉਹਨਾਂ ਦੇ ਵਾਸਤੇ ਡਾਕਟਰੀ ਕਾਰਡ ਬਣਾਉਂਦੇ ਹੋ ਜਿਹਦਾ ਖਰਚਾ ਹੈ ਜੀ 1700 ਜਾਂ 1800 ਯੂਰੋ 1 ਸਾਲ ਦਾ ਜਿਹੜਾ ਕਿ ਡਾਕਟਰੀ ਕਾਰਡ ਤੁਸੀਂ ਜਿਹੜੇ ਮਰਜ਼ੀ ਮਹੀਨੇ ਬਣਾ ਲਵੋ 31 ਦਸੰਬਰ ਨੂੰ ਆਪਣੇ ਆਪ ਜਿਹੜਾ ਇਹ ਖਤਮ ਹੋ ਜਾਂਦਾ ਹੈ ਤੇ ਆਜ਼ਲ ਵਾਲਿਆਂ ਦੇ ਕੋਲ ਹੀ ਜਾ ਕੇ ਬਣਾਉਣਾ ਪੈਂਦਾ ਹੈ ਹੁਣ ਜੇ ਤੁਸੀਂ ਇੱਥੋਂ ਦਾ ਪਾਸਪੋਰਟ ਹਾਸਲ ਕਰ ਲਿਆ ਹੈ ਮਤਲਬ ਕਿ ਚੀਤਾ ਦੀ ਨਾਸਾ ਲੈ ਲਈ ਹੈ ਪਾਸਪੋਰਟ ਇੱਕ ਲੱਗ ਚੀਜ਼ ਹੁੰਦੀ ਹੈ ਪਾਸਪੋਰਟ ਤਾਂ ਹੀ ਮਿਲੇਗਾ ਜੇ ਤੁਸੀਂ ਚੀਤਾ ਦੀ ਨਾਸਾ ਮਤਲਬ ਕਿ ਸਿਟੀਜ਼ਨਸ਼ਿਪ ਲੈ ਲਈ ਹੈ ਪਾਸਪੋਰਟ ਲੈਣਾ ਜਾਂ ਨਾ ਲੈਣਾ ਇਹ ਵੀ ਬੰਦੇ ਦੇ ਆਪਣੇ ਹੱਥ ਹੁੰਦਾ ਹੈ ਪਰੰਤੂ ਜੇ ਤੁਸੀਂ ਇਟਾਲੀਅਨ ਨਾਗਰਿਕ ਬਣ ਚੁੱਕੇ ਹੋ ਤੇ ਜਿਹੜਾ 17-180000 ਤੁਹਾਡਾ ਇਹ ਜੀ ਇੱਕ ਸਾਲ ਦਾ ਬਚੇਗਾ ਨੰਬਰ 2 ਦੇ ਉੱਤੇ ਆਉਂਦਾ ਹੈ ਕਿ ਇਟਲੀ ਦੀ ਭੇਜੜੀ ਤੁਹਾਡੀ ਰਿਸਪੈਕਟ ਹੈ ਜੋ ਜਿਆਦਾ ਵੱਧ ਜਾਂਦੀ ਹੈ ਜੋ ਤੁਸੀਂ ਕਿਸੇ ਵੀ ਮਹਿਕਮੇ ਵਿੱਚ ਜਾਂਦੇ ਹੋ ਤੇ ਜੋ ਤੁਹਾਡੀ ਜਿਹੜੀ ਕਾਰਤਾਜਿਦंती ਦੇ ਉੱਤੇ ਟੈਲੀਨ ਲਿਖਿਆ ਹੁੰਦਾ ਹੈ ਚੀਤਾਦੀਨੋ ਟਲਿਆਨੋ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਵੱਖਰਾ ਹੀ ਜਿਹੜਾ ਇਮਪ੍ਰੈਸ਼ਨ ਪੈਂਦਾ ਹੈ ਤੇ ਜੇ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਜਿਹੜੀ ਸਹੂਲਤ ਹੈ ਜੀ ਥੋੜੀ ਜਿਆਦਾ ਲੋਕਾਂ ਆਮ ਨਾਲੋਂ ਮਿਲਦੀ ਹੈ ਜਿੱਦਾਂ ਕਿ ਡਾਕਟਰੀ ਕਾਰਡ ਦੇ ਉੱਤੇ ਪੈਸੇ ਬਚਦੇ ਹਨ ਦੂਜੇ ਨੰਬਰ ਦੇ ਉੱਤੇ ਕੀ ਹੁੰਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਇਟਲੀ ਤੋਂ ਬਾਹਰ ਇਟਲੀ ਦੇ ਵਿੱਚ ਵੀ ਤੁਸੀਂ ਜਿੱਥੇ ਮਰਜ਼ੀ ਘੁੰਮੋ ਫਿਰੋ ਕੋਈ ਦਿੱਕਤ ਨਹੀਂ ਹੈ ਤੁਸੀਂ ਪੂਰਾ ਯੂਰਪੀਅਨ ਯੂਨੀਅਨ ਦਾ ਜਿਹੜਾ ਪਾਸਪੋਰਟ ਤੁਹਾਡੇ ਕੋਲ ਹੁੰਦਾ ਹੈ ਤੁਸੀਂ ਯੂਰਪ ਦੇ ਕਿਸੇ ਦੇਸ਼ ਵਿੱਚ ਵੀ ਜਾ ਸਕਦੇ ਹੋ ਬਿਨਾ ਪਾਸਪੋਰਟ ਦੇ ਚਾਹੇ ਜਰਮਨ ਜਾਵੋ ਚਾਹੇ ਤੁਸੀਂ ਆਇਰਲੈਂਡ ਜਾਵੋ ਬਾਕੀ ਕੁਝ ਜਿਹੜੇ ਵੱਡੇ ਦੇਸ਼ ਹਨ ਜਿਦਾ ਕਿ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਨਿਊਜ਼ੀਲੈਂਡ ਨਿਊਜ਼ੀਲੈਂਡ ਨੂੰ ਚਲੋ ਆਪਾਂ ਵੱਡਾ ਦੇਸ਼ ਨਹੀਂ ਮੰਨਦੇ ਆਸਟ੍ਰੇਲੀਆ ਤੇ ਇਸ ਤੋਂ ਇਲਾਵਾ ਜਾਪਾਨ ਇਹ ਪੰਜ ਦੇਸ਼ ਇਹੋ ਜਿਹੇ ਹਨ ਜਿਨ੍ਹਾਂ ਵਿੱਚ ਇਹਦੇ ਆਪਾਂ ਯੂਕੇ ਵੀ ਸ਼ਾਮਲ ਕਰ ਸਕਦੇ ਹਾਂ ਇਹ 5-6 ਦੇਸ਼ ਦੁਨੀਆਂ ਦੇ ਹਨ ਜਿਨ੍ਹਾਂ ਨੂੰ ਟੈਲੀਅਨ ਲੋਕ ਜਿਹੜੇ ਹਨ ਜੀ ਇੱਥੇ ਜਾਣਾ ਜਾਂ ਇਹਨਾਂ ਦੇਸ਼ਾਂ ਨੂੰ ਪਸੰਦ ਕਰਦੇ ਹਨ ਕਿਉਂਕਿ ਇਹ ਇਹ ਦੇਸ਼ 5-6 ਹਨ ਜਿੱਥੇ ਕਿ ਬਹੁਤੇ ਟੈਲੀਅਨ ਕਈ ਵਾਰ ਚਲੇ ਜਾਂਦੇ ਹਨ ਵੈਸੇ ਤਾਂ ਟੈਲੀਅਨ ਲੋਕ ਜਿਹੜੇ ਹਨ ਇੱਕ ਅਮਰੀਕਾ ਵਗੈਰਾ ਵੀ ਜਾ ਕੇ ਖੁਸ਼ ਨਹੀਂ ਹਨ ਕਿਉਂਕਿ ਇਹਨਾਂ ਨੂੰ ਕਿਸੇ ਵੀ ਡਾਕੂਮੈਂਟ ਦੀ ਜ਼ਰੂਰਤ ਨਹੀਂ ਪੈਂਦੀ ਇਹਨਾਂ ਨੂੰ ਸਿਰਫ ਜਿਹੜਾ ਹੈ ਜੀ ਇੱਕ ਡਾਕੂਮੈਂਟ ਹੀ ਚਾਹੀਦਾ ਹੁੰਦਾ ਹੈ ਜਿਹਦਾ ਨਾਮ ਹੈ ਜੀ ਈਟੀਏ electronic travel authorization ਜੀ ਜਾਣਾ ਹੈ ਜੀ ਆਸਟ੍ਰੇਲੀਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਜਾਂ ਫਿਰ ਇੰਗਲੈਂਡ ਤੇ ਤੁਹਾਨੂੰ ਜਿਹੜਾ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਏਗੀ ਖਾਸ ਕਰ ਜਿਹੜਾ ਨਿਊਜ਼ੀਲੈਂਡ ਹੈ ਆਸਟ੍ਰੇਲੀਆ ਹੈ ਕੈਨੇਡਾ ਹੈ ਤੇ ਪਾਕਿਸਤਾਨ ਪਾਕਿਸਤਾਨ ਤਾਂ ਵੈਸੇ ਜਿਹੜਾ ਆਪਣਾ ਬੰਦਤ ਕੋਈ ਨਹੀਂ ਜਾਏਗਾ ਬਹੁਤ ਘੱਟ ਲੋਕ ਜਿਹੜੇ ਜਾਣਗੇ ਕੋਈ ਯਾਤਰਾ ਦੇ ਵਾਸਤੇ ਜਾ ਸਕਦਾ ਹੈ ਕੰਮ ਦੇ ਵਾਸਤੇ ਤਾਂ ਕੋਈ ਨਹੀਂ ਜਾਏਗਾ ਯੂਨਾਈਟਿਡ ਸਟੇਟ ਦੇ ਵਿੱਚ ਜ਼ਰੂਰ ਲੋਕ ਜਾਣਗੇ ਕਿਉਂਕਿ ਉਹ ਇੱਕ ਅਮਰੀਕਾ ਹੈ ਇੱਥੇ ਵਾਸਤੇ ਤੁਹਾਨੂੰ ਸਿਰਫ ਜਿਹੜੀ ਈਟੀਏ ਚਾਹੀਦੀ ਹੈ ਇਲੈਕਟ੍ਰੋਨਿਕ ਟਰੈਵਲ ਅਥੋਰਾਈਜੇਸ਼ਨ ਇਹ ਤੁਸੀਂ ਜਦੋਂ ਵੀ ਕਿਤੇ ਜਾਣਾ ਹੈ ਅਡਵਾਂਸ ਦੇ ਵਿੱਚ ਜਿਹੜਾ ਤੁਸੀਂ ਇਸ ਨੂੰ ਆਨਲਾਈਨ ਡਿਜੀਟਲ ਡਾਕੂਮੈਂਟ ਹੁੰਦਾ ਹੈ ਤੁਸੀਂ ਇਸ ਨੂੰ ਆਨਲਾਈਨ ਹੀ ਜਿਹੜਾ ਹੈ ਜੀ ਪ੍ਰਾਪਤ ਕਰ ਸਕਦੇ ਹੋ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਈਟੀਏ ਜਿਹੜਾ ਹੈ ਜੀ ਕੋਈ ਵੀਜ਼ਾ ਨਹੀਂ ਹੈ ਇਹ ਇੱਕ ਤਰ੍ਹਾਂ ਦੀ ਬੰਦੇ ਦੀ ਜਿਹੜੀ ਸ਼ਾਨ ਵੀ ਨੇ ਸਕੈਨਰ ਹੈ ਇੱਕ ਤਰ੍ਹਾਂ ਦਾ ਜਿੱਦਾਂ ਕਿ ਤੁਸੀਂ ਉਸ ਦੇਸ਼ ਦੇ ਵਿੱਚ ਜਾਣਾ ਹੈ ਤਾਂ ਤੁਹਾਡੀ ਜਿਹੜੀ ਸਕੈਨਿੰਗ ਹੈ ਜੀ ਪਹਿਲੇ ਹੋ ਜਾਵੇਗੀ ਉਹਨਾਂ ਦੇ ਕੋਲ ਇੱਕ ਤੁਹਾਡਾ ਰਿਕਾਰਡ ਪਹੁੰਚ ਜਾਏਗਾ ਕਿ ਫੁਲਾਣਾ ਫੁਲਾਣਾ ਬੰਦਾ ਹੈ ਇਥੋਂ ਦੇ ਰਹਿਣ ਵਾਲਾ ਹੈ ਪਾਸਪੋਰਟ ਸਥਾਈ ਆ ਨੰਬਰ ਹੈ ਆਇਤਾ ਫੋਨ ਨੰਬਰ ਹੈ ਈਮੇਲ ਇਸ ਦੀ ਹੈ ਜਿਹੜਾ ਸਟੇਟਸ ਕੀ ਇਹ ਕੰਮ ਕਰ ਰਿਹਾ ਹੈ ਇੱਕ ਤਰ੍ਹਾਂ ਦੀ ਜਿਹੜੀ ਜਾਣਕਾਰੀ ਉਹਨਾਂ ਤੱਕ ਪਹੁੰਚੇਗੀ ਸਕਰੀਨਿੰਗ ਹੈ ਇੱਕ ਤਰ੍ਹਾਂ ਦੀ ਇਹ ਕੋਈ ਵੀਜ਼ਾ ਨਹੀਂ ਹੈ ਬਾਕੀ ਤੋਂ ਇੱਕ ਇੰਡੀਆ ਦੇ ਪਾਸਪੋਰਟ 홀ਡਰ ਜਿਹੜੇ ਹਨ ਜਿਨ੍ਹਾਂ ਦੇ ਕੋਲ ਫਿਲਹਾਲ ਜਿਹੜਾ ਇੰਡੀਆ ਦਾ ਪਾਸਪੋਰਟ ਹੈ ਉਹਨਾਂ ਦੇ ਵਾਸਤੇ ਇੱਕ ਜਿਹੜੀ ਗੁੱਡ ਨਿਊਜ਼ ਹੈ ਜੀ ਖੁਸ਼ਖਬਰੀ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਜਿਹੜਾ ਪੂਰੇ ਵਰਲਡ ਦੇ ਵਿੱਚ ਜੀਡੀਪੀ ਦੇ ਮਾਮਲੇ ਦੇ ਵਿੱਚ ਇਸ ਟਾਈਮ ਜਿਹੜਾ 5ਵੇਂ ਨੰਬਰ ਦੇ ਉੱਤੇ ਚੱਲ ਰਿਹਾ ਹੈ ਪੂਰੇ ਵਰਲਡ ਦੇ ਵਿੱਚ ਕੈਨੇਡਾ ਨੂੰ ਇਟਲੀ ਨੂੰ ਤੇ ਹੋਰ ਵੀ ਜਿਹੜੇ ਬਹੁਤ ਸਾਰੇ ਦੇਸ਼ ਹਨ ਇਹਨਾਂ ਨੂੰ ਇੰਡੀਆ ਨੇ ਪਿੱਛੇ ਛੱਡਿਆ ਹੈ ਜੀ ਡੀ ਪੀ ਦੇ ਮਾਮਲੇ 'ਚ ਹੁਣ ਵਰਲਡ ਦੇ ਵਿੱਚ 5ਵੇਂ ਨੰਬਰ ਦੇ ਉੱਤੇ ਆ ਚੁੱਕਾ ਹੈ ਇਸ ਤੋਂ ਅੱਗੇ ਹੈ ਜੀ ਆਪਣਾ ਅਮਰੀਕਾ ਚਾਈਨਾ ਜਾਪਾਨ ਜਰਮਨ ਤੇ 5ਵੇਂ ਨੰਬਰ ਤੇ ਇੰਡੀਆ ਹੈ ਇੰਗਲੈਂਡ ਨੂੰ ਇਸ ਨੇ ਪਹਿਲਾਂ ਹੀ ਪਿੱਛੇ ਛੱਡ ਦਿੱਤਾ ਹੈ ਫਰਾਂਸ ਵੀ ਪਿੱਛੇ ਛੱਡ ਦਿੱਤਾ ਹੈ ਹੁਣ ਜਿਹੜਾ ਇਸ ਦਾ ਪਾਸਪੋਰਟ ਹੈ ਜੀ ਇੰਡੀਅਨ ਪਾਸਪੋਰਟ ਲਗਾਤਾਰ ਜਿਹੜਾ ਹੈ ਜੀ ਮਜ਼ਬੂਤ ਹੁੰਦਾ ਜਾ ਰਿਹਾ ਹੈ ਹੁਣ ਵੀਜ਼ਾ ਫ੍ਰੀ ਕੰਟਰੀਆਂ ਜਿੱਦਾਂ ਕਿ ਟੈਲੀਅਨ ਪਾਸਪੋਰਟ ਦੇ ਉੱਪਰ ਕਾਫੀ ਦੇਸ਼ ਜਿਹੜੇ ਫ੍ਰੀ ਐਂਟਰੀ ਲੋਕਾਂ ਨੂੰ ਦਿੰਦੇ ਹਨ ਇਸੇ ਤਰ੍ਹਾਂ ਇੰਡੀਅਨ ਪਾਸਪੋਰਟ ਦੇ ਨਾਲ ਵੀ ਜਿਹੜਾ ਹੌਲੀ-ਹੌਲੀ ਹੋਣਾ ਸ਼ੁਰੂ ਹੋ ਚੁੱਕਾ ਹੈ ਪਹਿਲਾਂ ਕੀ ਹੋਇਆ ਸੀ ਕਿ THAILAND ਤੇ SRI LANKA ਨੇ ਜਿਹੜਾ ਸੀ ਇੰਡੀਆ ਨੂੰ ਵੀਜ਼ਾ ਫ੍ਰੀ ਕੰਟਰੀ ਘੋਸ਼ਿਤ ਕਰ ਦਿੱਤਾ ਸੀ ਮਤਲਬ ਕਿ ਇੰਡੀਅਨ ਜਿਹੜੇ ਉੱਥੇ ਜਾ ਸਕਦੇ ਸਨ ਵੀਜ਼ਾ ਬਿਨਾਂ ਵੀਜ਼ੇ ਤੋਂ ਹੁਣ ਜਿਹੜਾ ਇਹਦੇ ਵਿੱਚ ਇੱਕ ਹੋਰ ਦੇਸ਼ ਜਿਹੜਾ ਜੁੜਿਆ ਹੈ ਉਸਦਾ ਨਾਮ ਹੈ ਜੀ ਮਲੇਸ਼ੀਆ ਤੇ VIETNAM ਜਿਹੜਾ ਹੈ ਜੋ ਵੀ ਇਸ ਲਿਸਟ ਵਿੱਚ ਆ ਚੁੱਕਾ ਹੈ ਬਾਕੀ ਜਿੱਦਾਂ ਕੀ ਹੁਣ ਅੱਜ ਤਕਰੀਬਨ ਜਿਹੜੀ ਡੇਟ ਹੈ ਜੀ 6 ਜਨਵਰੀ ਹੋ ਚੁੱਕੀ ਹੈ ਤੇ ਹੁਣ ਤੁਸੀਂ ਜਿਹੜਾ ਕਿਹੜਾ ਕੰਮ ਕਰਨਾ ਹੈ ਹੁਣ ਤੁਸੀਂ ਜਿਹੜਾ ਆਪਣਾ ਈਜ਼ੀ ਤਿਆਰ ਕਰਨਾ ਹੈ ਈਜ਼ੀ ਦੇ ਵਾਸਤੇ ਜਿਹਨਾਂ ਸਭ ਮੀਡੀਆ ਜਿਹੜੀ ਹੈ ਜੀ ਉਹ ਤੁਸੀਂ ਆਪਣੇ ਬੈਂਕਾਂ ਦੇ ਵਿੱਚ ਜਾ ਕੇ ਲੈ ਸਕਦੇ ਹੋ ਉੱਥੋਂ ਡਿਟੇਲ ਜੇ ਤੁਹਾਡੇ ਕੋਲ ਆਨਲਾਈਨ ਖਾਤੇ ਹਨ ਤੇ ਡਿਜੀਟਲ ਬੈਂਕਿੰਗ ਤੁਸੀਂ ਕਰਦੇ ਹੋ ਤੇ ਤੁਸੀਂ ਜਿਹੜਾ ਐਪਲੀਕੇਸ਼ਨ ਦੇ ਵਿੱਚ ਜਾ ਕੇ ਉਹ ਚੈਂਸ ਆ ਮੀਡੀਆ ਜਿਹੜੀ ਕੱਢ ਸਕਦੇ ਹੋ ਤੇ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਕਿ ਪੋਸਟ ਦੇ ਦੀ ਜਿਹੜੀ ਚੈਂਸਾ ਮੀਡੀਆ ਕਈ ਵਾਰ ਲੋਕਾਂ ਨੂੰ ਪੋਸਟੇ ਹੀ ਜਾਣਾ ਪੈਂਦਾ ਹੈ ਸੋ ਇਹ ਚੀਜ਼ ਜਿਹੜੀ ਤੁਸੀਂ ਆਪ ਹੀ ਚੈੱਕ ਕਰਨੀ ਹੈ ਕਿ ਤੁਹਾਡੀ ਕਿਹੜੀ ਬੈਂਕ ਹੈ ਕਿ ਉਹ ਤੁਹਾਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਜਾਂ ਨਹੀਂ ਜਿਹਚੈਂਸਾ ਮੀਡੀਆ 2022 ਦੀ ਲੈ ਕੇ ਤੁਸੀਂ ਉਸ ਤੋਂ ਬਾਅਦ ਜਿਹੜਾ ਘਰ ਦਾ ਕੋਈ ਕੰਟਰੈਕਟ ਤੋਂ ਹੈ ਅਫੀਤੋ ਹੈ ਜਾਂ ਕੋਈ ਘਰ ਦਾ ਕੋਈ ਖਰੀਦੇ ਹੈ ਰੋਜੀ ਤੋਂ ਹੈ ਉਹ ਜਿਹੜੇ ਡਾਕੂਮੈਂਟ ਲਾਉਣੇ ਹਨ ਜੇ ਕੋਈ ਗੱਡੀ ਵਗੈਰਾ ਖਰੀਦੀ ਹੈ ਤਉਹਦੀ ਜਿਹੜੀ ਲਿਬਰੇਟ ਤੋਂ ਹੁੰਦੀ ਹੈ ਜੋਦੀ ਵੀ ਫੋਟੋਕਾਪੀ ਤੁਸੀਂ ਨਾਲ ਲੈ ਕੇ ਜਾਈਓ ਇਸ ਤੋਂ ਬਾਅਦ ਜਿਹੜੇ ਕੋਦੀ ਚੈਫਸ ਕਾਲੇ ਹੁੰਦੇ ਹਨ ਘਰਤਾ ਦੀ ਦਿਨਤੀਤਾ ਇਹ ਡਾਕੂਮੈਂਟ ਵੀ ਚਾਹੀਦੇ ਹਨ ਤੇ ਨਾਲ ਹੀ ਜਿਹੜੀ ਪ੍ਰੋਮਿਸਓ ਸਿਓ ਨੂੰ ਜੇ ਵੀ ਤੁਸੀਂ ਲੈ ਜਾਈਓ ਤੇ ਜਿੰਨੇ ਵੀ ਫੈਮਿਲੀ ਮੈਂਬਰ ਹੁੰਦੇ ਹਨ ਸਾਰਿਆਂ ਦੇ ਜਿਹੜੇ ਇਹ ਡਾਕੂਮੈਂਟ ਚਾਹੀਦੇ ਹਨ ਕੁਝ ਸਮੇਂ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਇਹਦੇ ਵਿੱਚ ਲੱਗਦਾ ਹੈ ਤੇ ਇਜ਼ੀ ਜਿਹੜਾ ਬਣ ਜਾਂਦਾ ਹੈ ਜੇ ਤੁਹਾਡਾ ਇਜ਼ੀ ਜਿਹੜਾ ਹੈ ਜੀ 15000 ਯੂਰੋ ਤੋਂ ਘੱਟ ਬਣਦਾ ਹੈ 7000 6000 5000 ਤੇ ਤੁਹਾਡੇ ਵਾਸਤੇ ਜਿਆਦਾ ਵਧੀਆ ਹੁੰਦਾ ਕਿਉਂਕਿ ਇਹਦੇ ਵਿੱਚ ਜਿੱਦਾਂ ਤੁਹਾਨੂੰ ਜਿਹੜੀ ਗਵਰਨਮੈਂਟ ਹੈ ਜੀ ਉਹ ਜਿਆਦਾ ਗਰੀਬ ਮੰਨਦੀ ਹੈ ਤੇ ਜਿਹੜੀ ਚੀਜ਼ ਬਾਹਰ ਜਿੱਦਾਂ ਕਿ 10 ਯੂਰੋ ਦੇ ਵਿੱਚ ਮਿਲੇਗੀ ਕੁਝ ਸਹੂਲਤਾਂ ਉਹ ਤੁਹਾਨੂੰ ਜਿਹੜੀਆਂ ਸਹੂਲਤਾਂ ਜੀ 5 ਯੂਰੋ ਦੇ ਵਿੱਚ ਮਿਲਦੀਆਂ ਹਨ ਜਿੱਦਾਂ ਸਪੋਜ਼ ਕਰੋ ਕਿ ਤੁਹਾਡਾ ਬੱਚਾ ਜਿਹੜਾ ਹੈ ਜੀ ਸਕੂਲ ਦੇ ਵਿੱਚ ਜਾਂਦਾ ਹੈ ਉੱਥੇ ਮੈਂਸਾ ਦੇ ਵਿੱਚ ਜਿਹੜਾ ਰੋਟੀ ਪਾਣੀ ਖਾਂਦਾ ਹੈ ਤੇ ਜਿਹੜਾ ਰੇਟ ਹੈ ਜੀ ਇਸ ਦੇ ਹਿਸਾਬ ਦੇ ਨਾਲ ਲੱਗਦਾ ਹੈ ਕਿਸੇ ਬੱਚੇ ਨੂੰ ਇੱਕ ਟਾਈਮ ਦੀ ਰੋਟੀ ਦਾ ਰੇਟ ਜਿਹੜਾ ਹੈ ਜੀ 9 ਯੂਰੋ ਦੇਣਾ ਪੈਂਦਾ ਹੈ ਕਿਸੇ ਨੂੰ 6.5 ਯੂਰੋ ਕਿਸੇ ਨੂੰ 4.5 ਯੂ ਡਿਪੈਂਡ ਕਰਦਾ ਹੈ ਇਸੇ ਤਰ੍ਹਾਂ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਮਰੀਜ਼ ਹੈ ਤੇ ਨਰਸ ਵਗੈਰਾ ਜਿਹੜੀ ਹੈ ਜੀ ਕਮਿਊਨਿਟੀ ਵੱਲੋਂ ਜਿਹੜੀਆਂ ਆਉਂਦੀਆਂ ਹਨ ਅਗਰ ਤੁਸੀਂ ਉਹ ਰੱਖੀ ਉਹਨਾਂ ਦੇ ਨਾਲ ਕੰਟੈਕਟ ਕੀਤਾ ਹੋਇਆ ਹੈ ਤੇ ਉਹ ਆ ਕੇ ਤੁਹਾਡੇ ਘਰ ਦੇ ਵਿੱਚ ਜਿਹੜਾ ਕੋਈ ਮਰੀਜ਼ ਹੈ ਉਸ ਦੀਆਂ ਨੇਪੀਆਂ ਵਗੈਰਾ ਪਾਣੂ ਲਈ ਨਹੀਂ ਜਿਹੜੀਆਂ ਹੁੰਦੀਆਂ ਚੇਂਜ ਕਰਦੀਆਂ ਹਨ ਇੱਕ ਟਾਈਮ ਦੀ ਤੇ ਉਹਦੇ ਵਿੱਚ ਵੀ ਜਿਹੜਾ 900 ਨਾਰਮਲ ਰੇਟ ਚੱਲਦਾ ਹੈ 9 10 0 ਤੇ ਜੇ ਇਸੇ ਘੱਟ ਹੋਵੇਗਾ ਤਾਂ ਉਹੀ ਰੇਟ ਜਿਹੜਾ ਹੈ ਜੀ ਸਾਨੂੰ 600 ਲੱਗਦਾ ਹੈ ਬਾਕੀ ਗੱਲ ਕਰ ਲਈਏ ਬੋਨਸ ਉਚਾਲੇ ਸੂਲੇ ਬਲੀਤੇ ਦੀ ਗਾਸ ਇਹਕਵਾ ਮਤਲਬ ਉਹ ਕਿ ਜਿਹੜੀ ਗੈਸ ਹੈ ਜੀ ਉਹਦੇ ਉੱਤੇ ਬੋਨਸ ਤੇ ਜਿਹੜਾ ਪਾਣੀ ਹੈ ਉਹਦੇ ਉੱਤੇ ਇਹਦੇ ਵਿੱਚ ਜਿਹੜੀ ਬਿਜਲੀ ਦੀ ਐਂਟਰੀ ਨਹੀਂ ਕੀਤੀ ਗਈ ਇਹਦੇ ਬਸ ਜਿਹੜਾ ਈਜ਼ੇ ਹੈ 9530 ਯੂਰੋ ਤੱਕ ਹੀ ਚੱਲੇਗਾ ਇਸ ਤੋਂ ਉੱਪਰ ਨਹੀਂ ਚੱਲੇਗਾ ਜਿਹੜੀ ਮੈਕਸਿਮਮ ਲਿਮਟ ਹੈ ਜੀ 20000 ਯੂਰੋ ਦੀ ਹੈ ਉਹ ਇਸ ਹਾਲ ਦੇ ਵਿੱਚ ਹੈ ਕਿ ਜੇ ਤੁਹਾਡੇ ਜਿਹੜੇ 4 ਬੱਚੇ ਹਨ ਘੱਟੋ ਘੱਟ 4 ਫੈਮਿਲੀ ਦੇ ਵਿੱਚ ਬੱਚੇ ਹਨ ਫੀਲੀ ਹਨ ਹੁਣ ਗੱਲ ਕਰ ਲਈਏ ਜਿਹੜੀ 1 ਯੂਰੋ ਦਾ ਰੇਟ ਕੀ ਚੱਲ ਰਿਹਾ 90.97 ਪੈਸੇ ਚੱਲ ਰਿਹਾ ਜਦੋਂ ਤੁਸੀਂ ਪੈਸੇ ਭੇਜਣੇ ਹੁੰਦੇ ਹਨ ਤੋ ਜਿਹੜੇ ਰੀਟ ਤੁਹਾਨੂੰ ਅਸੀਂ ਦੱਸ ਰਹੇ ਹਾਂ ਇਸ ਤੋਂ ਜਿਹੜਾ ਕੁਝ ਘੱਟ ਰੀਟ ਤੁਹਾਨੂੰ ਲੱਗਦਾ ਹੈ ਕਿਉਂਕਿ ਜਿੰਨਾ ਦੱਸਿਆ ਜਾਂਦਾ ਹੈ ਉਹਨਾਂ ਰੀਟ ਕਦੀ ਵੀ ਨਹੀਂ ਮਿਲਦਾ ਕੁਝ ਜਿਹੜਾ ਘੱਟ ਇਸ ਤੋਂ ਹੀ ਚੱਲਦਾ ਹੈ ਤੇ ਪਲੱਸ ਜਿਹੜਾ ਕਮਿਸ਼ਨ ਦੇਣਾ ਪੈਂਦਾ ਹੈ ਇੰਗਲੈਂਡ ਦਾ 1.105 ਰੁਪਏ 76 ਪੈਸੇ ਅਮਰੀਕਾ ਦਾ ਡਾਲਰ 83 ਰੁਪਏ 12 ਪੈਸੇ ਬਿਟਕੋਇਨ ਹੈ ਜੀ 43708 ਡਾਲਰ ਦੇ ਉੱਪਰ ਚੱਲ ਰਿਹਾ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ ਵੀਡੀਓ ਦੇਖੀ ਧੰਨਵਾਦ